ਕਿ ਸ਼ਰਮ ਕਰੋ, ਮਾੜਾ ਮੋਟਾ ਪ੍ਰਚਾਰ ਕਰ ਦਿਓ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬਹਿੰਦੇ ਆ, ਦੋਸ਼ ਲਾਣਾ ਹੈ, ਕੱਢਣਾ ਹੈ ਤਾਂ ਕੱਢ ਦਿਓ। ਦੁਨੀਆ ਜਾਣਦੀ ਹੈ ਕਿ ਮੈਂ ਸਟੇਟਮੈਂਟ ਕੀ ਦਿੱਤੀ ਹੈ ਤੇ ਤੁਸੀਂ ਬਣਾ ਕੀ ਰਹੇ। ਡਰਨ ਵਾਲੀ ਗੱਲ ਜਾਂ ਇਹਨਾਂ ਤੋਂ ਕੋਈ ਘਬਰਾਹਟ ਹੋਏਗੀ, ਐਸੀ ਕੋਈ ਗੱਲ ਨਹੀਂ। ਅਸੀਂ ਆਪਣੀ ਸ਼ੋਹਰਤ, ਆਪਣੀ ਬੱਲੇ ਬੱਲੇ, ਆਪਣੀਆਂ ਸਟੇਜਾਂ ਕਦੇ ਨਹੀਂ ਬਚਾਵਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕੁਝ ਦਿਨ ਪਹਿਲਾਂ ਮੂਸੇਵਾਲੇ ਦੇ ਇੱਕ ਲੀਕ ਹੋਏ ਗੀਤ ਵਿੱਚ ਮਾਈ ਭਾਗੋ ਜੀ ਦਾ ਜ਼ਿਕਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਮੂਸੇਵਾਲੇ ਦਾ ਕਾਫੀ ਵਿਰੋਧ ਹੋਣ ਲੱਗਿਆ। ਆਪਣੇ ਵਿਰੋਧ ਨੂੰ ਦੇਖਦਿਆਂ ਮੂਸੇਵਾਲੇ ਨੇ ਲਾਈਵ ਹੋ ਕੇ ਉਸੇ ਸਮੇਂ ਮਾਫ਼ੀ ਵੀ ਮੰਗ ਲਈ ਸੀ ਤੇ ਇਸ ਦੇ ਪ੍ਰਤੀ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਇੱਕ ਬਿਆਨ ਦਿੱਤਾ ਸੀ ਕਿ ਸਿੱਧੂ ਨੇ ਤਾਂ ਮਾਫ਼ੀ ਮੰਗ ਲਈ ਹੈ, ਉਸਨੂੰ ਮਾਫ਼ ਕਰ ਦੇਣਾ ਚਾਹੀਦਾ ਹੈ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸਿੱਧੂ ਉਹਨਾਂ ਗਲਤ ਨਹੀਂ ਬੋਲਿਆ ਜਿੰਨਾ ਮਾਈ ਭਾਗੋ ਜੀ ਬਾਰੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੈ। ਮਾਈ ਭਾਗੋ ਬਾਰੇ ਬੋਲਦਾ ਤੇ ਸਾਰੇ ਕਹਿੰਦੇ ਨਾ ਮਾਫੀ ਮੰਗ। ਪੰਜ ਸੱਤ ਜਣਿਆਂ ਨੇ ਰੌਲਾ ਪਾਇਆ, ਉਹਨੇ ਦੁਪਹਿਰੇ ਮੈਨੂੰ ਲੱਗਦਾ ਕੱਲ 12 ਕੁ ਵਜੇ ਨੂੰ ਮੰਗ ਲਈ ਸੀ ਮਾਫੀ। ਸਵੇਰੇ ਸ਼ੁਰੂ ਹੋਇਆ 6 ਘੰਟਿਆਂ ਚ ਉਹਨੇ ਮਾਫੀ ਮੰਗ ਲਈ ਵੀ ਮੈਂ ਗਲਤ ਬੋਲਿਆ ਗਿਆ ਮੇਰੇ ਤੋਂ। ਪਰ ਇੱਕ ਗੱਲ ਸੋਚ ਕੇ ਵੇਖੋ, ਉਹਨੇ ਜੋ ਬੋਲਿਆ, ਜੋ ਕਿਹਾ ਮਾਈ ਭਾਗੋ ਬਾਰੇ ਵੱਖਰਾ ਚੈਪਟਰ ਹੈ। ਉਹਨੇ ਫੱਟ ਮਾਫੀ ਮੰਗ ਲਈ ਵੀ ਜੇ ਮੇਰੇ ਤੋਂ ਕੁਝ ਗਲਤ ਬੋਲਿਆ ਗਿਆ ਮੈਂ ਮਾਫੀ ਮੰਗਦਾ। ਪਰ ਇਹ ਕੁਆਲਿਟੀ ਇੱਕ ਗਾਉਣ ਵਾਲੇ ਵਿੱਚ ਤੇ ਹੈ ਜਿਹੜਾ ਕਹਿੰਦਾ ਮੈਂ ਮਾਫੀ ਮੰਗਦਾ, ਕਹਿੰਦਾ ਉਹ ਮੈਂ ਮਾਫੀ ਮੰਗਦਾ। ਪਰ ਮੈਂ 5 ਅਗਸਤ 2017 ਵਿੱਚ ਦੱਸਿਆ ਸੀ ਕਿ ਮਾਈ ਭਾਗੋ ਨੂੰ ਭਾਈ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਇਹ ਲਿਖਿਆ ਕਿ ਮਾਈ ਭਾਗੋ ਇੱਕ ਵੀ ਕੱਪੜਾ ਨਹੀਂ ਸੀ, ਬਿਲਕੁਲ ਨਗਨ ਰਹਿੰਦੀ ਸੀ ਗੁਰੂ ਗੋਬਿੰਦ ਸਿੰਘ ਨਾਲ। ਸੁਣੋ, ਗਾਉਣ ਵਾਲੇ ਨੇ ਕਿਹਾ ਮਾਫੀ ਮੰਗ ਲਈ, ਪਰ ਇਹ ਕਿਹਨੇ ਕਿਹਾ ਭਲਾ? ਭਾਈ ਸੰਤੋਖ ਸਿੰਘ ਨੇ, ਜਿਹਨੇ ਲਿਖਿਆ ਸੂਰਜ ਪ੍ਰਕਾਸ਼ ਗ੍ਰੰਥ। ਉਹ ਗ੍ਰੰਥ ਨੂੰ 4-4 ਸਾਲ 10-10 ਸਾਲ ਲਾ ਕੇ ਸਾਡੇ ਕਥਾਵਾਚਕ ਕਥਾ ਸਿੱਖਦੇ ਐ, ਉਹਦਾ ਰੱਟਾ ਲਾਉਂਦੇ ਐ, ਉਹਦੇ ਅਰਥ ਪੜ੍ਹਦੇ ਐ। ਪਰ ਕਥਾਵਾਚਕ ਪੜ੍ਹ ਲਿਆ ਜਿਨ੍ਹਾਂ ਨੇ, ਇਹ ਕਹਿੰਦੇ ਆ ਜੇ ਸੰਤੋਖ ਸਿੰਘ ਨੂੰ ਗਲਤ ਕਹਿਤਾ ਫਿਰ ਤੇ ਮੇਰੀ ਕਥਾ ਹੀ ਖਰਾਬ ਹੋ ਜਾਣੀ ਹੈ। ਪਿਛਲੇ ਦਿਨੀ ਕਈ ਸਿੰਘਾਂ ਵੱਲੋਂ ਢੱਡਰੀਆਂ ਵਾਲੇ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਤੇ ਉਹਨਾਂ ਤੇ ਕਈ ਇਲਜ਼ਾਮ ਲਾਏ ਗਏ ਕਿ ਉਹਨਾਂ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿਚਲੇ ਸ਼ਬਦਾਂ ਦੀ ਤਰੋੜ ਮਰੋੜ ਕੀਤੀ ਹੈ। ਉਹਨਾਂ ਨੇ ਬਹੁਤ ਹੀ ਅਪਮਾਨਜਨਕ ਜਿਹੜੀਆਂ ਟਿੱਪਣੀਆਂ ਮੇਰਾ ਨਾਂ ਲੈ ਕੇ ਔਰ ਮੇਰੇ ਪਿਤਾ ਜੀ ਦਾ ਨਾਂ ਲੈ ਕੇ ਤੇ ਇਹੋ ਜਿਹੇ ਸ਼ਬਦ ਵਰਤੇ ਜਿਹੜੇ ਅਸੀਂ ਮੈਨੂੰ ਲੱਗਦਾ ਕਿ ਆਮ ਸੰਸਾਰ ਦੇ ਵਿੱਚ ਵਿਚਰਦੇ ਕਿਸੇ ਮਨੁੱਖ 'ਤੇ ਨਹੀਂ ਵਰਤ ਸਕਦੇ। ਮੈਨੂੰ ਲੱਗਦਾ ਕਿ ਇੰਨੀ ਉਹਦੀ ਉਮਰ ਨਹੀਂ ਹੈ ਜਿੰਨਾ ਚਿਰ ਮੇਰੇ ਪਿਤਾ ਜੀ ਨੂੰ ਪ੍ਰਚਾਰ ਕਰਦਿਆਂ ਹੋ ਗਿਆ ਕਿ ਉਹ ਇਸ ਤਰ੍ਹਾਂ ਦੀ ਅਪਮਾਨਜਨਕ ਟਿੱਪਣੀਆਂ ਜਿਹੜੀਆਂ ਢੱਡਰੀਆਂ ਵਾਲੇ ਨੇ ਕੀਤੀ ਅਤੇ ਉਹਦੇ ਲਈ ਅੱਜ ਅਸੀਂ ਮਾਣਯੋਗ ਅਦਾਲਤ ਦੇ ਵਿੱਚ ਜਿਹੜਾ ਉਹਦੇ ਖਿਲਾਫ ਜਿਹੜਾ ਕੇਸ ਹੈ ਉਹ ਦਾਇਰ ਕੀਤਾ। ਇਸ ਸੰਬੰਧ ਵਿੱਚ ਢੱਡਰੀਆਂ ਵਾਲੇ ਨੇ ਆਪਣੇ ਲਾਈਵ ਵਿੱਚ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਮੈਂ ਡਰਨ ਜਾਂ ਘਬਰਾਉਣ ਵਾਲਾ ਨਹੀਂ, ਜੋ ਮੇਰੇ ਤੇ ਇਲਜ਼ਾਮ ਲਾ ਰਹੇ ਹਨ ਉਹ ਬਿਲਕੁਲ ਗਲਤ ਹਨ। ਅਕਾਲ ਤਖਤ ਸਾਹਿਬ ਤੇ ਕੁਝ ਬੰਦੇ ਜਾਂ ਪ੍ਰਚਾਰਕ ਜਥੇਬੰਦੀਆਂ ਇਹ ਗਈਆਂ, ਇਹਨਾਂ ਨੇ ਜਾ ਕੇ ਕਿਹਾ ਜੀ ਉਹ ਗਲਤ ਪ੍ਰਚਾਰ ਭਾਈ ਨਵੀਨ ਸਿੰਘ ਕਰ ਰਿਹਾ ਤੇ ਇੱਥੇ ਤੱਕ ਵੀ ਜਿਹੜੇ ਬੰਦੇ ਮਾੜਾ ਜਿਹਾ ਸੁਹਿਰਦ ਹੈ ਤਾਂ ਸੋਚਿਓ ਵੀ ਇਹ ਬੰਦੇ ਕਰਦੇ ਕਿਸ ਤਰ੍ਹਾਂ। ਤੇ ਜਿਹੜਾ ਕੁਲਵੰਤ ਸਿੰਘ ਹੈ ਉਹਨੇ ਇਹ ਗੱਲ ਸਟੇਟਮੈਂਟ ਦਿੱਤੀ ਹੈ ਕਿ ਰਣਜੀਤ ਸਿੰਘ ਨੇ ਗੁਰੂ ਗੋਬਿੰਦ ਸਿੰਘ ਦੇ ਕਰੈਕਟਰ ਤੇ ਦੋਸ਼ ਲਾਇਆ, ਕਰੈਕਟਰ ਤੇ ਦੋਸ਼ ਲਾਇਆ, ਗੁਰੂ ਗੋਬਿੰਦ ਸਿੰਘ ਦੇ ਬਾਰੇ ਮੈਂ ਬੋਲ ਰਿਹਾ। ਸੋ ਇੱਥੋਂ ਵੇਖੋ ਵੀ ਕਿੱਦਾਂ ਬਣਾਉਂਦੇ ਆ। ਤੇ ਮੈਂ ਕਹਿਣਾ ਇਹਨਾਂ ਨੂੰ, ਸਾਰਿਆਂ ਸੰਪਰਦਾਇਆਂ ਨੂੰ ਚਾਹੁੰਦਾ ਕਿ ਸ਼ਰਮ ਕਰੋ, ਮਾੜਾ ਮੋਟਾ ਪ੍ਰਚਾਰ ਕਰ ਦਿਓ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿੰਦੇ ਆ, ਦੋਸ਼ ਲਾਉਣਾ ਹੈ, ਕੱਢਣਾ ਹੈ ਤਾਂ ਕੱਢ ਦਿਓ, ਬੰਦ ਕਰਨਾ ਬੰਦ ਕਰ ਦਿਓ, ਤੁਹਾਡੇ ਜਥੇਦਾਰ ਤੁਹਾਡੇ ਤੱਕ। ਪਰ ਇਹੋ ਜਿਹੀਆਂ ਗੱਲਾਂ ਤਾਂ ਘੱਟ ਤੋਂ ਘੱਟ ਸ਼ਰਮ ਕਰੋ। ਲੋਕਾਂ ਨੇ, ਦੁਨੀਆ ਜਾਣਦੀ ਹੈ ਕਿ ਮੈਂ ਸਟੇਟਮੈਂਟ ਕੀ ਦਿੱਤੀ ਹੈ ਤੇ ਤੁਸੀਂ ਬਣਾ ਕੀ ਰਹੇ ਹੋ, ਇਹ ਤਾਂ ਗੱਲ ਹੋਈ ਇੰਨੀ। ਦੂਜੀ ਗੱਲ, ਬੜੇ ਵੀਰਾਂ ਦੇ ਫੋਨ ਆ ਰਹੇ ਨੇ, ਭਾਈ ਸਾਹਿਬ ਕਿੱਦਾਂ ਕਰਨਾ ਹੈ ਜੀ, ਕਿਵੇਂ ਹੈ ਜੀ, ਕੀ ਹੋਏਗਾ, ਹੋਣਾ ਕੀ ਹੈ ਜੀ। ਅੱਜ ਇੱਕ ਬੈਰੋਵਾਲ ਵੀਰ ਨੇ ਕਵਿਤਾ ਲਿਖੀ ਹੈ, ਭਾਵੇਂ ਗੱਦੀ ਤੇ ਭਾਵੇਂ ਕੋਈ ਥਾਂ ਹੋਵੇ, ਕੋਈ ਕਬਜ਼ੇ ਲਈ ਮਰਿਆ ਜ਼ਰੂਰ ਦੱਸੀ, ਭਾਵੇਂ ਬਾਬਰ ਤੇ ਭਾਵੇਂ ਔਰੰਗ ਹੋਵੇ, ਤਰਲਾ ਕਿਸੇ ਦਾ ਕਰਿਆ ਜ਼ਰੂਰ ਦੱਸੀ, ਪੁੱਤ ਅੱਖਾਂ ਦੇ ਸਾਹਮਣੇ ਗਏ ਵਿੰਨੇ, ਉਹਨਾਂ ਹੌਕਾ ਵੀ ਭਰਿਆ ਜ਼ਰੂਰ ਦੱਸੀ, ਤੱਤੀ ਤਵੀ ਤੋਂ ਠੰਡੇ ਬੁਰਜ ਤੀਕਰ, ਕੋਈ ਹਾਕਮ ਤੋਂ ਡਰਿਆ ਜ਼ਰੂਰ ਦੱਸੀ। ਤੇ ਬੜੀ ਸੋਹਣੀ ਭੁੱਖ ਦੀ ਕਵਿਤਾ ਹੈ, ਅੱਜ ਦੇ ਸਮੇਂ ਵਿੱਚ
ਡਰਨ ਵਾਲੀ ਗੱਲ ਜਾਂ ਇਹਨਾਂ ਤੋਂ ਕੋਈ ਘਬਰਾਹਟ ਹੋਏਗੀ ਐਸੀ ਕੋਈ ਗੱਲ ਨਹੀਂ। ਇੱਕ ਗੱਲ ਸਪਸ਼ਟ ਹੈ ਵੀਰੋ ਕਿ ਜੇ ਅੱਜ ਚਾਹੀਏ ਇਹਨਾਂ ਦੇ ਅੱਗੇ ਤਰਲੇ ਲਈਏ, ਇਹਨਾਂ ਦੇ ਹੱਥ ਜੋੜੀਏ, ਦੱਸੋ ਜੀ ਕਿਵੇਂ ਕਰਨਾ, ਦੱਸੋ ਜੀ ਕਿਵੇਂ ਕਰਨਾ ਹੈ, ਸਟੇਜਾਂ ਵੱਜ ਜਾਣਗੀਆਂ, ਬੱਲੇ ਬੱਲੇ ਬਥੇਰੀ ਹੈ, ਸ਼ੌਹਰਤ ਬਚੇਗੀ। ਪਰ ਮੈਂ ਅੱਜ ਤੁਹਾਨੂੰ ਸਾਰੇ ਵੀਰਾਂ ਨੂੰ ਦੱਸ ਦੇਣਾ ਚਾਹੁੰਦਾ, ਮੈਨੂੰ ਪਿਆਰ ਕਰਨ ਵਾਲੇ ਮੈਨੂੰ ਜਾਣਦੇ ਹੈ, ਜਿਨ੍ਹਾਂ ਨੂੰ ਡਾਊਟ ਹੈ ਜਾਂ ਮਾੜੀ ਮੋਟੀ ਚੱਕਰੀ ਘੁੰਮਦੀ ਹੈ, ਉਹਨਾਂ ਨੂੰ ਕਲੀਅਰ ਕਰ ਲੈਣਾ ਚਾਹੀਦਾ ਕਿ ਅਸੀਂ ਆਪਣੀ ਸ਼ੌਹਰਤ, ਆਪਣੀ ਬੱਲੇ ਬੱਲੇ, ਆਪਣੀਆਂ ਸਟੇਜਾਂ ਕਦੇ ਨਹੀਂ ਬਚਾਵਾਂਗੇ। ਅਸੀਂ ਗੁਰੂ ਨਾਨਕ ਦੇ ਘਰ ਦੀ ਵਿਚਾਰਧਾਰਾ ਵਾਸਤੇ ਸਾਰਾ ਕੁਝ ਕੁਰਬਾਨ ਕਰ ਦਿਆਂਗਾ। ਮੈਂ ਕੋਈ ਵੀ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰਨਾ, ਜੋ ਮੈਂ ਕਿਹਾ ਉਹ ਠੀਕ ਕਿਹਾ, ਜਿਸ ਤਰੀਕੇ ਸਿਰ ਵੀ ਕਿਹਾ। ਬਾਕੀ ਇੱਕ ਛੋਟੀ ਜਿਹੀ ਬੇਨਤੀ, ਤੁਹਾਨੂੰ ਡਾਊਨਲੋਡ ਕਰ ਲਓ ਔਲਖ ਵਰਗਿਆਂ ਦਾ ਕੀਤਾ ਹੋਇਆ ਟੀਕਾ, ਪੜ੍ਹੋ, ਸੂਰਜ ਪ੍ਰਕਾਸ਼ ਘਰ ਲੈ ਆਓ, ਇੱਕ ਵਾਰੀ ਸਾਰਾ ਪੜ੍ਹ ਕੇ ਵੇਖੋ, ਤੁਹਾਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੜ੍ਹ ਕੇ ਵੇਖ ਲਓ, ਪਤਾ ਲੱਗ ਜਾਣਾ ਵੀ ਮੈਂ ਜੇ ਉਸ ਗ੍ਰੰਥ ਬਾਰੇ ਬੋਲਿਆ ਤਾਂ ਕਿਉਂ ਬੋਲਿਆ, ਉਹਦੇ ਵਿੱਚ ਕੀ ਕੁਛ ਲਿਖਿਆ। ਘਰੇ ਘਰੇ ਆਪੋ ਆਪਣੇ ਘਰ ਲਿਆ ਕੇ ਪੜ੍ਹੋ, ਆਪਣੇ ਆਪ ਤੁਹਾਡੇ ਲਈ ਕਲੀਅਰ ਹੋ ਜਾਏਗਾ। ਬਾਕੀ ਭੁੱਲ ਜਾਓ ਕਿ ਅਸੀਂ ਇੱਦਾਂ ਦੀਆਂ ਗੱਲਾਂ ਕਰਾਂਗੇ ਜਾਂ ਅਸੀਂ ਕੋਈ ਤਰਲੇ ਲਵਾਂਗੇ ਇਹਨਾਂ ਦੇ, ਸਟੇਜਾਂ ਨਹੀਂ ਬਚਾਵਾਂਗੇ, ਸ਼ੌਹਰਤ ਨਹੀਂ ਬਚਾਵਾਂਗੇ, ਬੱਲੇ ਬੱਲੇ ਦੀ ਲੋੜ ਨਹੀਂ। ਜੋ ਵਿਚਾਰਧਾਰਾ ਹੈ ਉਹਦੇ 'ਤੇ ਡਟੇ ਹਾਂ ਅਤੇ ਡਟੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਆਪਣੇ ਕਮੈਂਟ ਕਰ ਜ਼ਰੂਰ ਦੱਸਣਾ ਕਿ ਤੁਹਾਨੂੰ ਕੀ ਲੱਗਦਾ ਹੈ, ਢੱਡਰੀਆਂ ਵਾਲੇ ਅਤੇ ਵਿਰੋਧ ਕਰਨ ਵਾਲੇ ਸਿੰਘਾਂ ਵਿੱਚੋਂ ਕੌਣ ਸਹੀ ਹੈ ਅਤੇ ਕੌਣ ਗਲਤ। ਇਸ ਦੇ ਨਾਲ ਹਰ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ, ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।